ਤੁਹਾਨੂੰ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਰੱਬ ਨੂੰ ਮੰਨਦੇ ਹੋ ਰੱਬ ਨੂੰ ਨਹੀਂ ਮੰਨਦੇ ਨੋ ਕੋਈ ਗੱਲ ਨਹੀਂ ਨਹੀਂ ਮੰਨਦੇ ਕੋਈ ਗੱਲ ਨਹੀਂ ਮਨ ਦੇ ਰੋਗ ਵੀ ਨੇ ਤਨ ਦੇ ਰੋਗ ਵੀ ਨੇ ਰੂਹ ਦੇ ਰੋਗ ਵੀ ਨੇ ਇਹਨਾਂ ਚੀਜ਼ਾਂ ਤੋਂ ਵੀ ਰਾਹਤ ਮਿਲਦੀ ਹੈ ਬੰਦੇ ਕੁਝ ਸਮੇਂ ਲਈ ਆਪਾਂ ਨੂੰ ਲੱਗਦਾ ਹੈ ਕਿ ਬਈ ਜੀਵਨ ਦਾ ਮਕਸਦ ਨਹੀਂ ਰਿਹਾ ਜਾਂ ਕੁਛ ਹੈ ਇਹ ਟੈਂਪਰਰੀ ਕਾਜ਼ਸ ਨੇ ਮੈਡੀਟੇਸ਼ਨ ਵਾਲੇ ਬੰਦੇ ਵੀ ਬਹੁਤ ਕਹਿੰਦੇ ਨੇ ਵੀ ਉਹਨਾਂ ਨੂੰ ਇਕੱਲਾਪਣ ਬਹੁਤ ਪਸੰਦ ਤੁਹਾਨੂੰ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਰੱਬ ਨੂੰ ਮੰਨਦੇ ਹੋ ਰੱਬ ਨੂੰ ਨਹੀਂ ਮੰਨਦੇ ਨੋ ਕੋਈ ਗੱਲ ਨਹੀਂ ਨਹੀਂ ਮੰਨਦੇ ਕੋਈ ਗੱਲ ਨਹੀਂ ਯੂ ਕੰਟੀਨਿਊ ਵਿਦ ਦ ਐਕਸਪੈਰੀਮੈਂਟ ਤੁਸੀਂ 2 ਦਿਨ 4 ਦਿਨ 10 ਦਿਨ ਮੈਡੀਟੇਸ਼ਨ ਦਾ ਸੈਸ਼ਨ ਅਟੈਂਡ ਕਰਕੇ ਦੇਖੋ ਅਗਰ ਤੁਹਾਨੂੰ ਨਹੀਂ ਅੱਛਾ ਲੱਗਦਾ ਦੈਟ ਮੀਨਸ ਇਟ ਇਜ਼ ਨੋਟ ਮੈਂਟ ਫੋਰ ਯੂ ਔਰ ਅਗਰ ਤੁਹਾਨੂੰ ਅੱਛਾ ਲੱਗਦਾ ਹੈ ਯੂ ਕੈਨ ਕੰਟੀਨਿਊ ਵਿਦ ਇਟ ਮਤਲਬ ਅਸੀਂ ਤਾਂ ਅੱਜ ਤੱਕ ਮਤਲਬ ਹਜ਼ਾਰਾਂ ਲੋਕਾਂ ਨੂੰ ਮਿਲੇ ਹੈ ਜਾਂ ਕਰਾਇਆ ਵੀ ਹੈ ਆਪਣੇ ਕਾਲਜ ਵਿੱਚ ਕਰਾਇਆ ਹੈ ਯੂਨੀਵਰਸਿਟੀ ਵਿੱਚ ਅਸੀਂ ਬੜੇ ਸੈਸ਼ਨਸ ਕੰਡਕਟ ਕੀਤੇ ਪਟਿਆਲੇ ਦੇ ਆਪਾਂ ਕਈ ਸਾਰੇ ਸਕੂਲਸ ਵਿੱਚ ਵੀ ਮੈਡੀਟੇਸ਼ਨ ਦੇ ਸੈਸ਼ਨਸ ਲਗਾਏ ਹੈ ਅੱਜ ਤੱਕ ਕਦੇ ਐਸਾ ਹੋਇਆ ਨਹੀਂ ਕਿ ਕੋਈ ਇਹ ਕਹਿ ਦੇ ਕਿ ਸਾਨੂੰ ਅੱਛਾ ਨਹੀਂ ਲੱਗਿਆ ਇੰਟਰਨਲ ਤਬਦੀਲੀ ਤੁਸੀਂ ਕਹਿੰਦੇ ਹੋ ਬਹੁਤ ਜਲਦੀ ਆਉਣ ਲੱਗ ਜਾਂਦੀ ਹੈ ਅਤੇ ਮਨ ਦੇ ਰੋਗ ਵੀ ਨੇ ਤਨ ਦੇ ਰੋਗ ਵੀ ਨੇ ਰੂਹ ਦੇ ਰੋਗ ਵੀ ਨੇ ਇਹਨਾਂ ਚੀਜ਼ਾਂ ਤੋਂ ਵੀ ਰਾਹਤ ਮਿਲਦੀ ਹੈ ਬੰਦੇ ਨੂੰ ਦੇਖੋ ਅਗਰ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਫਿਜ਼ੀਕਲ ਡਿਸਆਰਡਰ ਹੈ ਜਾਂ ਮੈਂਟਲ ਡਿਸਆਰਡਰ ਬਹੁਤ ਜ਼ਿਆਦਾ ਹੈ ਜਿਵੇਂ ਡਿਪਰੈਸ਼ਨ ਹੀ ਤੁਸੀਂ ਲਾ ਲਓ ਵੀ ਕਿੱਡਾ ਸ਼ਬਦ ਲੱਗਦਾ ਵੀ ਹਰ ਬੰਦੇ ਦੇ ਮੂੰਹ ਦੇ ਕੋਲ ਇੱਕ ਵਾਰ ਲੰਘਦਾ ਵੀ ਡਿਪਰੈਸ਼ਨ ਆ ਇਹਨਾਂ ਚੀਜ਼ਾਂ ਤੋਂ ਵੀ ਛੁਟਕਾਰਾ ਮਿਲਦਾ ਦੇਖੋ ਡਿਪਰੈਸ਼ਨ ਆਪਾਂ ਦੇਖਦੇ ਹਾਂ ਵੀ ਕਿਸ ਕਾਰਨ ਤੋਂ ਹੈ ਕਈ ਵਾਰੀ ਕਿਆ ਹੁੰਦਾ ਯੰਗ ਏਜ ਹੈ ਕਈ ਬੱਚੇ ਫੇਲੀਅਰ ਹੋਏ ਹੈ ਨਾ ਜਿਵੇਂ ਕਈ ਵਾਰੀ ਤਾਂ ਇਸ ਗੱਲ ਤੋਂ ਵੀ ਡਿਪਰੈਸ਼ਨ ਹੋ ਜਾਂਦਾ ਕਿ ਮੈਂ ਟੌਪ ਕਰਦਾ ਸੀ ਅਤੇ ਮੈਂ ਇਸ ਵਾਰ ਸੈਕਿੰਡ ਆ ਗਿਆ ਜਾਂ ਮੇਰਾ ਇੰਟਰਵਿਊ ਕ੍ਰੈਕ ਨਹੀਂ ਹੋਇਆ ਜਾਂ ਮੇਰਾ ਫਰੈਂਡ ਮੇਰੇ ਤੋਂ ਅੱਗੇ ਨਿਕਲ ਗਿਆ ਤਾਂ ਇਹ ਇਸ ਸਮਾਲ ਕਾਜ਼ਿਸ ਹੈ ਨਾ ਜਾਂ ਕੋਈ ਵਿਛੋੜਾ ਹੋ ਗਿਆ ਜਾਂ ਫੈਮਿਲੀ ਵਿੱਚ ਕਿਸੇ ਦੀ ਡੈਥ ਹੋ ਗਈ ਹੈ ਨਾ ਤਾਂ ਇਹ ਜਿਹੜੇ ਕਾਜ਼ਿਸ ਨੇ ਕਿ ਕੁਝ ਸਮੇਂ ਲਈ ਆਪਾਂ ਨੂੰ ਲੱਗਦਾ ਹੈ ਕਿ ਬਈ ਜੀਵਨ ਦਾ ਮਕਸਦ ਨਹੀਂ ਰਿਹਾ ਜਾਂ ਕੁਛ ਹੈ ਇਹ ਟੈਂਪਰਰੀ ਕਾਜ਼ਿਸ ਨੇ ਇਸ ਵਿੱਚ ਮੈਡੀਟੇਸ਼ਨ ਬਹੁਤ ਜ਼ਿਆਦਾ ਹੈਲਪ ਕਰਦੀ ਹੈ ਕਿਉਂਕਿ ਜੋ ਵੀ ਇਮੋਸ਼ਨਲ ਤੁਹਾਡੀ ਇਨਸਟੇਬਿਲਿਟੀ ਹੈ ਜਾਂ ਕੋਈ ਅਫੇਅਰ ਟੁੱਟਿਆ ਹੈ ਕ੍ਰੈਸ਼ਿਜ਼ ਹੈ ਅੱਜ ਕੱਲ੍ਹ ਤੁਸੀਂ ਆਮ ਇਹਨਾਂ ਚੀਜ਼ਾਂ ਤੋਂ ਬਾਰੇ ਸੁਣਦੇ ਹੋ ਉਸ ਚੀਜ਼ ਵਿੱਚ ਇਮੀਡੀਏਟ ਤੁਹਾਨੂੰ ਰਿਲੀਫ ਆ ਜਾਏਗਾ ਪਰ ਅਗਰ ਕੋਈ ਸਾਈਕੋਲੋਜੀਕਲ ਮੈਂਟਲ ਕ੍ਰੋਨਿਕ ਡਿਸਆਰਡਰ ਹੈ 10 ਸਾਲਾਂ ਤੋਂ 20 ਸਾਲਾਂ ਵਿੱਚ ਤੋਂ ਡਿਪਰੈਸ਼ਨ 'ਚ ਕੋਈ ਰਹਿ ਰਿਹਾ ਹੈ ਉਸ ਦਾ ਮਤਲਬ ਕਿ ਉਹ ਰੋਗ ਦੀ ਅਵਸਥਾ ਹੋ ਗਈ ਹੈ ਅਤੇ ਉਸਦੇ ਲਈ ਅਸੀਂ ਜ਼ਰੂਰ ਕਹਾਂਗੇ ਕਿ ਤੁਹਾਨੂੰ ਮੈਡੀਕਲ ਹੈਲਪ ਲੈਣੀ ਚਾਹੀਦੀ ਹੈ ਹਾਂਜੀ ਤਬਦੀਲੀਆਂ ਵੀ ਤੁਸੀਂ ਦੱਸੀਆਂ ਨੇ ਵੀ ਬਹੁਤ ਆਉਂਦੀਆਂ ਨੇ ਅੰਦਰ ਰੂਹ ਦੀਆਂ ਲੋੜ ਹੋਰ ਕੀ ਲੱਗਦਾ ਵੀ ਹਰ ਬੰਦਾ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਗੱਲ ਤੋਂ ਪੀੜਿਤ ਆ ਜਦੋਂ ਡਿਪਰੈਸ਼ਨ ਰੋਗ ਦੀ ਆਪਾਂ ਗੱਲ ਕਰਦੇ ਨੇ ਉਹਦੇ 'ਚ ਵੀ ਲੱਗਦਾ ਵੀ ਬੰਦਾ ਕਹਿੰਦਾ ਵੀ ਮੈਂ ਇਕੱਲਾ ਰਹਿ ਲਾ ਮੈਡੀਟੇਸ਼ਨ ਵਾਲੇ ਬੰਦੇ ਵੀ ਬਹੁਤ ਕਹਿੰਦੇ ਨੇ ਵੀ ਉਹਨਾਂ ਨੂੰ ਇਕੱਲਾਪਣ ਬਹੁਤ ਪਸੰਦ ਹੁੰਦਾ ਕੀ ਕਾਰਨ ਦੇਖੋ ਇਹਦਾ ਮਤਲਬ ਵੀ ਕਿਤੇ ਨਾ ਕਿਤੇ ਬੰਦਾ ਦੁਨੀਆਦਾਰੀ ਨਾਲ ਟੁੱਟ ਜਾਂਦਾ ਨਹੀਂ ਐਸਾ ਤਾਂ ਨਹੀਂ ਹੈ ਕਿਉਂਕਿ ਅਸੀਂ ਜਿੰਨਾ ਕੁ ਦੇਖਿਆ ਕਿ ਸੰਤਾਂ ਨੇ ਹਮੇਸ਼ਾ ਕਿਹਾ ਹੈ ਕਿ ਜਿਹੜਾ ਗ੍ਰਸਤ ਹੈ ਨਾ ਗ੍ਰਸਤ ਜੀਵਨ ਹੈ ਜੀ ਉਸ ਤੋਂ ਜ਼ਿਆਦਾ ਸੰਘਰਸ਼ ਕਿਤੇ ਨਹੀਂ ਹੈ ਜੇ ਆਪਾਂ ਜੰਗਲ ਵਿੱਚ ਭੱਜ ਜਾਈਏ ਸਾਰਾ ਕੁਝ ਛੱਡ ਕੇ ਚਲੇ ਜਾਈਏ ਤਾਂ ਉੱਥੇ ਆਪਾਂ ਜਿਵੇਂ ਕਹਿੰਦੇ ਨਾ ਲੈਬ ਵਿੱਚ ਪਏ ਹਾਂ ਉੱਥੇ ਇੱਕ ਅਲੱਗ ਤਰੀਕੇ ਦੀ ਐਨਵਾਇਰਮੈਂਟ ਹੈ ਵੀ ਜਿੱਥੇ ਤੁਸੀਂ ਸਾਧਨਾ ਕਰ ਲਈ ਸਭ ਕੁਛ ਠੀਕ ਹੈ ਪਰ ਹੋ ਸਕਦਾ ਮਨ ਵਿੱਚ ਕੁਛ ਰਹਿ ਗਿਆ ਹੈ ਅਤੇ ਉਹ ਚਾਹਤ ਮੇਰੀ ਰਹਿ ਗਈ ਕੋਈ ਵੀ ਤਾਂ ਜਦ ਵੀ ਹਾਲਾਤ ਆਉਣਗੇ ਬੀਜ ਮੇਰੇ ਅੰਦਰ ਹੈ ਅਤੇ ਉਹ ਫਲ ਜ਼ਰੂਰ ਲੱਗ ਜੂਗਾ ਉਹ ਉੱਥੋਂ ਵੀ ਆਪਾਂ ਨਿਕਲ ਆਉਂਦੇ ਹਾਂ ਉੱਥੋਂ ਵੀ ਇਹ ਲੋਕ ਭੱਜ ਜਾਂਦੇ ਹੈ ਹੈ ਨਾ ਅਤੇ ਹਮੇਸ਼ਾ ਤੁਸੀਂ ਦੇਖੋ ਵੀ ਗ੍ਰਸਤ ਜੀਵਨ ਨੂੰ ਸਭ ਤੋਂ ਬੜਾ ਤਪ ਕਿਹਾ ਜਾਂਦਾ ਹੈ ਕਿਉਂਕਿ ਗ੍ਰਸਤ ਜੀਵਨ ਵਿੱਚ ਸੈਕਰੀਫਾਈਸਿਸ ਹੈ ਹੈ ਨਾ ਦੈਨ ਹਰ ਇੱਕ ਫੈਮਿਲੀ 'ਚ ਹਰ ਇੱਕ ਰਿਲੇਸ਼ਨਸ਼ਿਪ 'ਤੇ ਅਲੱਗ ਅਲੱਗ ਪ੍ਰੈਸ਼ਰਸ ਹੈ ਰਿਸਪੋਂਸੀਬਿਲਿਟੀਜ਼ ਹੈ ਅਤੇ ਆਪਾਂ ਕਰਮ ਤੋਂ ਨਹੀਂ ਭੱਜ ਸਕਦੇ ਇਹ ਜਿਹੜਾ ਆਪਣਾ ਜਨਮ ਹੁੰਦਾ ਉਹ ਇੱਕ ਤਰੀਕੇ ਨਾਲ ਆਪਾਂ ਕਰ ਇਹ ਧਰਤੀ ਆਪਣੀ ਕਰਮ ਭੂਮੀ ਹੈ ਨਾ ਅਤੇ ਇਸ 'ਚ ਜਿਹੜੇ ਕਾਇਰ ਹੁੰਦੇ ਉਹੀ ਭੱਜਦੇ ਹੈ